ਅੱਖੀਆਂ ਚ ਨੂਰ ਕਿੰਨਾ ਸਾਰਾ, ਗੱਲਾਂ ਚ ਸਕੂਨ ਸੀ ਸੱਜਣਾ। ਮੈਨੂੰ ਲੱਗਿਆ ਅੱਲਾ ਨੇ ਆਵਾਜ਼ ਮਾਰੀ, ਬੁਲਾਇਆ ਮੈਨੂੰ ਤੂੰ ਸੀ ਸੱਜਣਾ। ਇਹ ਤਸਵੀਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਸਹਿਰ ਇੰਦਰ ਕੌਰ ਦੇ ਵਿਆਹ ਦੀਆਂ। ਸਹਿਰ ਇੰਦਰ ਕੌਰ ਦਾ ਵਿਆਹ ਦਿੱਲੀ ਦੇ ਆਦਿਤਿਆ ਨਾਰੰਗ ਨਾਲ ਹੋਇਆ, ਜਿਹੜੇ ਕਿ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ। ਸਹਿਰ ਇੰਦਰ ਕੌਰ ਦਾ ਵਿਆਹ ਪੁਰਾਤਨ ਤਰੀਕੇ ਨਾਲ ਕੀਤਾ ਗਿਆ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਘੁੰਡ ਕੱਢ ਕੇ ਲਾਵਾਂ ਲਈਆਂ ਜਾਂਦੀਆਂ ਸੀ, ਉਸੇ ਤਰ੍ਹਾਂ ਸਹਿਰ ਇੰਦਰ ਕੌਰ ਦਾ ਵਿਆਹ ਹੋਇਆ ਹੈ। ਸਹਿਰ ਇੰਦਰ ਕੌਰ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਸਿੰਘ ਦੀ ਧੀ ਹੈ। ਸਹਿਰ ਇੰਦਰ ਕੌਰ ਦਾ ਵਿਆਹ ਮਹਾਰਾਜਾ ਪਟਿਆਲਾ ਦੇ ਜੱਦੀ ਘਰ ਦੇ ਵਿੱਚ ਹੋਇਆ ਸੀ। ਲਾਲ ਸੋਹੇ ਲਹਿੰਗੇ ਦੇ ਵਿੱਚ ਸਹਿਰ ਇੰਦਰ ਕੌਰ ਇੱਕ ਪਰੀ ਤੋਂ ਵੀ ਵੱਧ ਕੇ ਸੌਣ ਲੱਗ ਰਹੀ ਹੈ। ਬੜੇ ਹੀ ਆਲੀਸ਼ਾਨ ਤਰੀਕੇ ਨਾਲ ਮਹਾਰਾਜਾ ਪਟਿਆਲਾ ਦੇ ਮਹਿਲ ਵਿੱਚ ਕੀਤਾ ਗਿਆ ਸੀ। ਅਜਿਹੇ ਆਲੀਸ਼ਾਨ ਵਿਆਹ ਦੀਆਂ ਤਸਵੀਰਾਂ ਤੁਸੀਂ ਅੱਜ ਤੱਕ ਨਹੀਂ ਦੇਖੀਆਂ।
understand.